ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਪਵਨ ਜੀ ਚੇਅਰਮੈਨ ਸਾਡੇ ਸੰਮਤੀ ਮੈਂਬਰ ਮਾਹਿਲਪੁਰ ਉਹਨਾਂ ਦੀ ਰਹਿਨਮਾਈ ਹੇਠ ਅੱਜ ਮਾਹਿਲਪੁਰ ਸੰਮਤੀ ਬਲਾਕ ਦੀ ਜਿਹੜੀ ਮੀਟਿੰਗ ਹੈ ਸਾਡੇ ਤਮਾਮ ਸੰਮਤੀ ਮੈਂਬਰਸ ਦੀ ਮੌਜੂਦਗੀ ਵਿੱਚ ਅਤੇ ਬੀ ਡੀ ਓ ਸਾਹਿਬ ਦੀ ਮੌਜੂਦਗੀ ਦੇ ਵਿੱਚ ਅੱਜ ਮੀਟਿੰਗ ਕੀਤੀ ਗਈ ਔਰ ਇਸ ਮੀਟਿੰਗ ਦੇ ਵਿੱਚ ਵੱਖ ਵੱਖ ਪ੍ਰਸਤਾਵਾਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸਭ ਤੋਂ ਪਹਿਲਾਂ ਪ੍ਰਸਤਾਵ ਜਿਹੜਾ ਆਮ ਆਦਮੀ ਕਲੀਨਿਕ ਖੋਲ੍ਹਣ ਦਾ ਪ੍ਰਸਤਾਵ ਸੀ ਉਹ ਸਾਡੇ ਇਸ ਹਾਊਸ ਦੇ ਵਿੱਚ ਆਇਆ ਔਰ ਉਸ ਦੇ ਵਿੱਚ ਸਾਰੇ ਜਿੰਨੇ ਵੀ ਸਾਡੇ ਮੈਂਬਰਸ ਆ ਉਹਨਾਂ ਦਾ ਇਹ ਸੁਝਾਅ ਸੀ ਕਿ ਕਿਉਂਕਿ ਇਹ ਜਿਹੜਾ ਹਾਲ ਹੈ ਸਾਡੇ ਸਰਪੰਚਿਸ ਲਈ ਵੀ ਜਿਹੜਾ ਉਹ ਸਫੀਸ਼ੈਂਟ ਨਹੀਂ ਹੈ ਛੋਟਾ ਹੈ ਅਤੇ ਇਸ ਕਰਕੇ ਇਹ ਜਿਹੜਾ ਹਾਲ ਆ ਇਹ ਆਮ ਆਦਮੀ ਕਲੀਨਿਕ ਖੋਲ੍ਹਣ ਲਈ ਨਹੀਂ ਦਿੱਤਾ ਜਾ ਸਕਦਾ ਸੋ ਇਸ ਕਰਕੇ ਇਹ ਜਿਹੜਾ ਪ੍ਰਸਤਾਵ ਆ ਉਹ ਜਿਹੜਾ ਨਾਮਨਜ਼ੂਰ ਸਾਡੇ ਹਾਊਸ ਵੱਲੋਂ ਉਹ ਕੀਤਾ ਗਿਆ ਅਤੇ ਦੂਸਰਾ ਜਿਹੜਾ ਮਤਾ ਸੀ ਸਾਡੇ ਅੱਜ ਮੇਨ ਜਿਹੜਾ ਅੱਜ ਆਇਆ ਉਚੇਚੇ ਤੌਰ 'ਤੇ 22-23 ਦੀਆਂ ਸਾਡੀਆਂ ਜਿਹੜੀਆਂ 15ਵੇਂ ਵਿੱਤ ਕਮਿਸ਼ਨ ਦੀਆਂ ਜਿਹੜੀਆਂ ਗ੍ਰਾਂਟਸ ਨੇ ਅਤੇ ਸਾਡੇ ਕਈ ਬਹੁਤ ਸਾਰੇ ਸਾਥੀ ਕਹਿੰਦੇ ਜੀ ਇਹ ਜਿਹੜਾ 15ਵਾਂ ਵਿੱਤ ਕਮਿਸ਼ਨ ਹੈ ਇਹ ਸਰਕਾਰ ਦਾ ਅਤੇ ਮੈਂ ਉਹਨਾਂ ਨੂੰ ਸੈਂਟਰ ਸਰਕਾਰ ਦਾ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜੇ ਪੈਸੇ ਆ ਇਹ ਸਾਡੇ ਸਟੇਟ ਦੇ ਟੈਕਸਿਸ ਨੇ ਇਹ ਉਹੀ ਸਾਨੂੰ ਵਿੱਤ ਕਮਿਸ਼ਨ ਦੇ ਰੂਪ ਦੇ ਵਿੱਚ ਆਉਂਦਾ ਇਹ ਸਾਡੇ ਜਿਹੜੇ ਪਿਛਲੀ ਸਰਕਾਰ ਦੇ ਜਿਹੜੇ ਪੈਸੇ ਆ ਜੇਕਰ ਆਪਾਂ ਇਸ ਸਰਕਾਰ ਦੀ ਗ੍ਰਾਂਟਾਂ ਬਾਰੇ ਗੱਲ ਕੀਤੀ ਕਰੀਏ ਤਾਂ ਹਜੇ ਤੱਕ ਕੋਈ ਵੀ ਗ੍ਰਾਂਟ ਜਿਹੜੀ ਆ ਇਸ 1.5 ਸਾਲ ਦੇ ਵਿੱਚ ਇਸ ਸਰਕਾਰ ਦੇ ਵਿੱਚ ਨਹੀਂ ਆਈ ਅਤੇ ਪਿਛਲੇ ਜਿਹੜੇ ਸਾਡੀਆਂ ਗ੍ਰਾਂਟਸ ਆ ਉਹੀ ਚੱਲ ਰਹੀਆਂ ਨੇ ਅਤੇ ਇਹਦੇ ਵਿੱਚੋਂ ਜਿਹੜੇ ਸਾਡੇ 22-23 ਦੀਆਂ ਗ੍ਰਾਂਟਾਂ 1,75,00,000 ਰੁਪਈਆ ਉਹਦੇ ਵਿੱਚੋਂ ਕਰੀਬ ਜੋ ਬੀ ਡੀ ਓ ਸਾਹਿਬ ਨਾਲ ਗੱਲ ਹੋਈ ਆ 40% ਜਿਹੜੇ ਪੈਸੇ ਉਹ ਆ ਚੁੱਕੇ ਆ ਅਤੇ ਅੱਗੇ ਜਿਹੜੇ 92,00,000 ਰੁਪਈਆ ਜਿਹੜਾ ਸਾਡਾ ਉਹ ਜ਼ਿਲ੍ਹਾ ਪਰਿਸ਼ਦ ਦਾ ਸਾਡੀ ਸਰਕਾਰ ਦੇ ਮਨਜ਼ੂਰ ਹੋਇਆ ਉਹ ਵੀ ਆ ਚੁੱਕਾ ਹੈ ਅਤੇ ਉਸ ਦੇ ਜਿਹੜੇ ਸੰਬੰਧਿਤ ਕੰਮ ਆ ਉਹ ਚੱਲ ਰਹੇ ਆ ਅਤੇ 1,75,00,000 ਰੁਪਏ ਦਾ ਜਿਹੜਾ ਇੱਕ ਹੋਰ ਪ੍ਰਪੋਜ਼ਲ ਜਿਹੜਾ ਉਹ ਮੰਗੇ ਗਏ ਸਾਡੇ ਸੰਮਤੀ ਮੈਂਬਰ ਸਾਹਿਬਾਨ ਤੋਂ ਅਤੇ ਜਿਹੜੇ ਬਾਕੀ ਪਿਛਲੇ ਵੀ 22-23 ਦੇ ਰਹਿੰਦੇ ਉਹ ਵੀ ਪ੍ਰਪੋਜ਼ਲ ਸੰਮਤੀ ਮੈਂਬਰ ਸਾਹਿਬਾਨ ਤੋਂ ਮੰਗੇ ਗਏ ਆ ਤਾਂ ਕਿ ਜਿਹੜੇ ਉਹ ਵੀ ਕੰਮ ਜਿਹੜੇ ਆ ਪਾ ਕੇ ਪ੍ਰਪੋਜ਼ਲ ਉਹਨਾਂ ਨੂੰ ਪਾਸ ਕੀਤਾ ਜਾ ਸਕੇ ਔਰ ਕਰੀਬ ਅੱਜ ਜੇਕਰ ਆਪਾਂ ਗੱਲ ਕਰੀਏ ਤਾਂ ਅੱਜ ਦੀ ਇਸ ਹਾਊਸ ਮੀਟਿੰਗ ਦੇ ਵਿੱਚ 4,42,00,000 ਰੁਪਈਆ ਜਿਹੜਾ ਕਰੀਬ ਉਹ ਜਿਹੜਾ ਅੱਜ ਜਿਹੜਾ ਸਾਡੀ ਸਰਕਾਰ ਦਾ ਪਿਛਲਾ ਪੈਸਾ ਜਿਹੜਾ ਉਹੀ ਜਿਹੜਾ ਉਹ ਆਇਆ ਹੋਇਆ 92,00,000 ਰੁਪਈਆ ਜਿਹ 'ਚੋਂ ਜ਼ਿਲ੍ਹਾ ਪਰਿਸ਼ਦ ਦਾ ਹੈ ਅਤੇ ਸਾਡੇ 'ਚ 3 ਜ਼ਿਲ੍ਹਾ ਪਰਿਸ਼ਦ ਮੈਂਬਰ ਨੇ ਅਤੇ ਉਹ 3 ਜ਼ਿਲ੍ਹਾ ਪਰਿਸ਼ਦ ਮੈਂਬਰਸ ਨੂੰ ਉਹਨਾਂ ਦੇ ਜ਼ੋਨਸ ਦੇ ਵਿੱਚੋਂ ਜਿਹੜਾ ਉਹ ਸਾਡੇ ਸਰਕਾਰ ਦੇ ਸਮੇਂ ਦਾ ਪੈਸਾ ਜਿਹੜਾ ਉਹ ਦਿੱਤਾ ਜਾ ਚੁੱਕਾ ਹੈ ਅਤੇ ਉਹਦੇ ਕੰਮ ਚੱਲ ਚੁੱਕੇ ਆ ਸੋ ਮੈਂ ਆਮ ਆਦਮੀ ਕਲੀਨਿਕ ਦਾ ਐਕਚੁਅਲੀ ਜਗ੍ਹਾ ਜਿਹੜੀ ਮਾਲਪੁਰ ਦੇ ਵਿੱਚੋਂ ਸ਼ਾਇਦ ਜਿਹੜੀ ਵੀ ਏਜੰਸੀ ਆ ਉਸ ਏਜੰਸੀ ਵੱਲੋਂ ਉਹ ਸੋਚ ਰਹੇ ਸੀਗੇ ਇੱਥੇ ਆਮ ਆਦਮੀ ਕਲੀਨਿਕ ਅਸੀਂ ਖੋਲ੍ਹਣਾ ਪਰ ਜਦੋਂ ਅਸੀਂ ਜਗ੍ਹਾ ਦਾ ਸਾਡੇ ਸੰਮਤੀ ਦੇ ਵਿੱਚ ਉਹਦਾ ਪ੍ਰਸਤਾਵ ਆਇਆ ਅਤੇ ਸੰਮਤੀ ਦੇ ਮੈਂਬਰਸ ਦੀ ਜਿਹੜੀ ਰਾਏ ਸੀ ਉਹ ਸਾਰਿਆਂ ਦੀ ਸਾਂਝੀ ਰਾਏ ਇਹੀ ਬਣੀ ਪਈ ਕਿਉਂਕਿ ਸਾਡੇ ਕੋਲ ਆਪਣੇ ਲਈ ਜਗ੍ਹਾ ਬਹੁਤ ਘੱਟ ਹੈ ਇਸ ਕਰਕੇ ਇਹਦੀ ਜਿਹੜੀ ਪ੍ਰਵਾਨਗੀ ਦਿੱਤੀ ਨਹੀਂ ਜਾ ਸਕਦੀ।